ਫਿਲੌਰ ਦੇ ਰੇਲਵੇ ਫਾਟਕ ਕੋਲ ਰੇਹੜੀ ਫੜੀ ਲਗਾਉਣ ਵਾਲਿਆਂ ਨੇ ਇੱਕ ਵਿਅਕਤੀ ਤੇ ਰੇਹੜੀ ਲਗਾਉਣ ਤੇ ਰੋਜ਼ਾਨਾ 200 ਰੁਪਏ ਧੱਕੇ ਨਾਲ ਵਸੂਲਣ ਦੇ ਲਗਾਏ ਆਰੋਪ। ਜਿਤਨਾ ਸੀ ਕਿ ਫਿਲੌਰ ਦੇ ਰੇਲਵੇ ਫਾਟਕ ਕੋਲ ਰੇਹੜੀਆਂ ਲਗਾਉਣ ਵਾਲਿਆਂ ਨੇ ਇੱਕ ਵਿਅਕਤੀ ਤੇ ਧੱਕੇ ਨਾਲ ਰੋਜ਼ਾਨਾ ਪੈਸੇ ਵਸੂਲਣ ਦੇ ਆਰੋਪ ਲਗਾਏ ਹਨ। ਉਕਤ ਮੰਗਲਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਰੇਹੜੀਆਂ ਵਾਲਿਆਂ ਅਤੇ ਉਕਤ ਵਿਅਕਤੀ ਵਿਚਕਾਰ ਬਹਿਸ ਹੋ ਗਈ, ਜਿਸ ਦੇ ਚੱਲਦਿਆਂ ਰੇਹੜੀ ਵਾਲਿਆਂ ਦੇ ਹੱਕ ਵਿੱਚ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਕੁਲਦੀਪ ਫਿਲੌਰ ਅਤੇ ਉਹਨਾਂ ਦੇ ਸਾਥੀ ਸਰਬਜੀਤ ਗਿੱਲ, ਕਾਮਰੇਡ ਜਰਨੈਲ ਫਿਲੌਰ, ਕੁਲਜੀਤ ਸਿੰਘ, ਤੇਜਿੰਦਰ ਸਿੰਘ, ਬਲਜੀਤ ਸਿੰਘ, ਮਾਸਟਰ ਹੰਸਰਾਜ, ਪ੍ਰੀਤੂ ਅਤੇ ਹੋਰਨਾਂ ਸਮੇਤ ਪੁੱਜ ਕੇ ਉਕਤ ਵਿਅਕਤੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਉਹਨਾਂ ਦੱਸਿਆ ਕਿ ਰੇਲਵੇ ਫਾਟਕਾਂ ਕੋਲ ਰੇਹੜੀ ਲਗਾਉਣ ਵਾਲੇ ਗੋਪਾਲ ਮੱਟੂ, ਕੁਲਦੀਪ ਰਾਜ, ਨਿਸ਼ਾ ਰਾਣੀ, ਮੋਰਪਾਲ, ਮੁੰਨਾ, ਨਦੀਮ, ਅਸੀਮ, ਪ੍ਰਵੀਨ ਪਾਸੋਂ ਜਥੇਦਾਰ ਗੁਰਮੀਤ ਸਿੰਘ ਰੇਹੜੀਆਂ ਲਗਾਉਣ ਦੇ ਏਵੇ ਵਿੱਚ ਰੋਜ਼ਾਨਾ ਧੱਕੇ ਨਾਲ 200 ਰੁਪਏ ਪ੍ਰਤੀ ਰੇਹੜੀ ਦੇ ਹਿਸਾਬ ਨਾਲ ਪੈਸਿਆਂ ਦੀ ਮੰਗ ਕਰਦਾ ਸੀ। ਜਿਸ ਸੰਬੰਧੀ ਰੇਹੜੀ ਵਾਲਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਸਟੇਸ਼ਨ ਫਿਲੌਰ ਅਤੇ ਰੇਲਵੇ ਪੁਲਿਸ ਚੌਂਕੀ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ। ਉਕਤ ਜਥੇਦਾਰ ਗੁਰਮੀਤ ਸਿੰਘ ਨੇ ਰੇਹੜੀ ਵਾਲਿਆਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ 50 ਰੁਪਏ ਪ੍ਰਤੀ ਮਹੀਨਾ ਦੇਗ ਪ੍ਰਸ਼ਾਦ ਵਾਸਤੇ ਮੰਗ ਕਰਦਾ ਹੈ, ਜਦਕਿ ਰੇਲਵੇ ਪੁਲਿਸ ਚੌਂਕੀ ਇੰਚਾਰਜ ਹੀ ਰੇਹੜੀਆਂ ਲਗਾਉਣ ਵਾਲਿਆਂ ਤੋਂ ਪੈਸਿਆਂ ਦੀ ਮੰਗ ਕਰਦਾ ਅਤੇ ਮੈਨੂੰ ਪੈਸੇ ਵਸੂਲਣ ਲਈ ਕਹਿੰਦਾ ਹੈ। ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਰਮੇਸ਼ ਚੰਦਰ ਨੇ ਕਿਹਾ ਕਿ ਉਕਤ ਜਥੇਦਾਰ ਗੁਰਮੀਤ ਸਿੰਘ ਗਲਤ ਦੋਸ਼ ਲਗਾ ਰਿਹਾ ਹੈ। ਉਹਨਾਂ ਨੇ ਹਾਲੇ ਥੋੜ੍ਹਾ ਸਮਾਂ ਹੀ ਪਹਿਲਾਂ ਚਾਰਜ ਲਿਆ ਹੈ। ਰੇਹੜੀ ਵਾਲਿਆਂ ਦੀ ਸ਼ਿਕਾਇਤ ਆ ਚੁੱਕੀ ਹੈ ਅਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਏਬੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ। ਸਰ ਜਿਹੜਾ ਤੁਸੀਂ ਨੂਪੈਲ ਰੋਡ ਫਲੋਰ ਜਿਹੜਾ ਅੱਡਾ ਹੈਗਾ, ਇੱਥੇ ਤੁਸੀਂ ਸਾਰੇ ਇਕੱਠੇ ਹੋਏ ਹੋ, ਜਮਹੂਰੀ ਕਿਸਾਨ ਸਭਾ ਦੇ ਸਾਥੀ ਹੈਗੇ ਆ, ਸਰ ਕੀ ਸਾਰਾ ਮਾਮਲਾ ਹੈਗਾ ਹੈ? ਅਸੀਂ ਜੀ ਇੱਥੇ ਇਕੱਠੇ ਹੋਏ ਹਾਂ, ਇਹ ਕੁਛ 14-15 ਰੇਹੜੀਆਂ ਵਾਲੇ ਆ, ਫੜੀਆਂ ਲਾਉਂਦੇ ਆ, ਕੋਈ ਸਬਜ਼ੀ ਦੀ ਲਾਉਂਦਾ, ਕੋਈ ਫਲ ਫਰੂਟ ਦੀ ਲਾਉਂਦਾ ਆ। ਇਹ ਅੱਜ ਤੋਂ ਨਹੀਂ, ਇਹ ਕਈਆਂ ਸਾਲਾਂ ਤੋਂ ਇੱਥੇ ਲਾ ਰਹੇ ਆ ਔਰ ਆਪਦੇ ਬੱਚੇ ਪਾਲ ਰਹੇ ਆ, ਪੇਟ ਬੱਚਿਆਂ ਦਾ ਪੇਟ ਪਾਲਦੇ ਆ, ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ, ਸਰਕਾਰਾਂ ਵੱਲੋਂ ਕੋਈ ਕੰਮ ਕਾਰ ਨਹੀਂ ਮਿਲ ਰਿਹਾ, ਇਹ ਆਪਦੇ ਜਿਹੜੀ ਆ ਬੱਚੇ ਪਾਲ ਰਹੇ ਆ। ਬੇਰੁਜ਼ਗਾਰੀ ਇੰਨੀ ਆ ਕਿ ਆਪਦੀਆਂ ਰੇਹੜੀਆਂ ਰੂਹੜੀਆਂ ਲਾ ਕੇ ਮਾੜਾ ਮੋਟ ਕਰਕੇ ਉਹ ਆਪਦਾ ਘਰ ਦਾ ਗੁਜ਼ਾਰਾ ਧੋ ਰਹੇ ਆ। ਔਰ ਆਏ ਕੋਈ ਹਰਿਆਣੇ 'ਚੋਂ ਆਇਆ, ਕੋਈ ਯੂਪੀ 'ਚੋਂ ਆਏ ਆ, ਕੋਈ ਬਿਹਾਰ 'ਚੋਂ ਆਏ ਆ, ਅਸੀਂ ਇਹਨਾਂ ਲੋਕਾਂ ਦੇ ਜਿਹੜੀ ਆ ਹਮਾਇਤ 'ਚ ਆਏ ਹਾਂ। ਔਰ ਜਿਹੜੇ ਨਿਹੰਗ ਗੁਰਮੀਤ ਸਿੰਘ ਆ ਜਾਂ ਉਹਦੇ ਘਰੋਂ ਆ, ਉਹ ਜਿਹੜੇ ਆ ਇਹਨਾਂ ਨੂੰ ਬਹੁਤ ਸ਼ੁੱਧ ਗਲਤ ਲਫ਼ਜ਼ ਬੋਲ ਰਹੇ ਆ, ਅਸੀਂ ਇਸ ਗੱਲ ਦੀ ਪੁਰਜੋਗ ਨਿੰਦਿਆ ਕਰਦੇ ਹਾਂ। ਨਿਹੰਗ ਦਾ ਕੀ ਮਾਮਲਾ ਹੈ ਰੇਹੜੀਆਂ? ਨਿਹੰਗ ਸਿੰਘ ਕਹਿੰਦਾ ਜੇ ਜ਼ਮੀਨ ਹੈ ਮੇਰੀ ਆ, ਜ਼ਮੀਨ ਦੀ ਜਦ ਜ਼ਮੀਨ ਆ, ਇਹ ਰੇਲਵੇ ਦੀ ਜ਼ਮੀਨ ਆ, ਅਸੀਂ ਇਹ ਕਹਿੰਦੇ ਵੀ ਜਿੱਦਾਂ ਦਾ ਤੂੰ ਬੈਠਾ ਉਦਾਂ ਦੇ ਇਹ ਗਰੀਬ ਲੋਕ ਬੈਠੇ ਆ, ਅਸੀਂ ਇਹ ਗਰੀਬ ਲੋਕ ਉੱਜੜਨ ਨਹੀਂ ਦਿਆਂਗੇ ਜੀ। ਜਿੱਥੇ ਨਿਹੰਗ ਸਿੰਘ ਬੈਠਾ ਉਹਦਾ ਕਬਜ਼ਾ ਤਾਂ ਬਹੁਤ ਦੂਰ ਹੈ ਉੱਥੋਂ ਜਿੱਥੇ ਰੇਹੜੀਆਂ ਲੱਗੀਆਂ। ਮੈਂ ਕਿਹਾ ਜੀ ਇਹ ਵੀ ਜਬਰੀ ਧੱਕੇ ਦੇ ਨਾਲ ਕਰ ਰਹੇ ਆ, ਇਹਨਾਂ ਤੋਂ 200 ਰੁਪਈਆ ਵਸੂਲ ਕਰਦਾ ਜੀ, ਤੇ ਫਲ ਫਰੂਟ ਜਿਹੜਾ ਉਹ ਧੱਕੇ ਦੇ ਨਾਲ ਇਹਨਾਂ ਤੋਂ ਚੱਕ ਕੇ ਲਿਜਾਂਦਾ ਜੀ। ਉਹ ਲਈ ਅਸੀਂ ਇਸ ਗੱਲ ਦੇ ਵਿਰੋਧ ਕਰਦੇ ਹਾਂ ਵੀ ਅਸੀਂ ਇਹਨਾਂ ਨੂੰ ਨਿਹੰਗ ਸਿੰਘ ਨੂੰ ਕੋਈ ਪਸੰਦ ਨਹੀਂ, ਇਹਨਾਂ ਨੂੰ ਰਹਿਣ ਦੇਣਾ, ਜਿੱਦਾਂ ਦਾ ਨਿਹੰਗ ਸਿੰਘ ਬੈਠਾ ਉਦਾਂ ਦੇ ਇਹ ਬੈਠੇ ਆ ਜੀ। ਅਦਰਵਾਈਜ਼ ਫੇਰ ਦੁਆਰਾ ਧੱਕਾ ਕਰਦਾ, ਫੇਰ ਤੁਹਾਡੀ ਕੀ ਕਰਾਂਗੇ? ਫੇਰ ਅਸੀਂ ਇਹ ਤੇ ਕਾਰਵਾਈ ਕਰਾਵਾਂਗੇ ਜੀ ਪੂਰੀ, ਗਰੀਬ ਲੋਕਾਂ ਦੇ ਨਾਲ ਅਸੀਂ ਖੜਾਂਗੇ ਜੀ। ਤੁਸੀਂ ਗੱਲਬਾਤ ਕੀਤੀ ਉਹਨਾਂ? ਅਸੀਂ ਕੀਤੀ ਆ, ਉਹ ਪਰ ਮੰਨ ਨਹੀਂ ਰਿਹਾ ਇਸ ਗੱਲ ਤੋਂ। ਉਹਦੇ ਘਰੋਂ ਜਿਹੜੀ ਬੀਬੀ ਆ, ਉਹ ਤਾਂ ਸਾਡੇ ਆ ਬੀਬਾ ਖੜੀ ਆ, ਇਹਨੂੰ ਮੁਸਲੀ ਤੱਕ ਬੋਲਦੀ ਆ, ਗਲਤ ਸ਼ਬਦ ਬੋਲਦੀ ਆ, ਸੂਚਕ ਸ਼ਬਦ ਬੋਲਦੀ ਆ, ਇਹ ਉੱਤੇ ਇਸ ਗੱਲ ਤੇ ਪਰਚਾ ਦਰਜ ਕਰਾਵਾਂਗੇ। ਜਰਨੈਲ ਜੀ ਤੁਸੀਂ ਇੱਕ ਇੱਥੇ ਰੇਹੜੀਆਂ ਦੇ ਹੱਕ ਵਿੱਚ ਆਏ ਆ, ਉਹਨਾਂ ਨੂੰ ਨਿਹੰਗ ਸਿੰਘ ਕੋਲ ਰੋਕ ਰਿਹਾ ਇੱਥੇ ਕੰਮ ਕਰਨ ਤੋਂ, ਪੈਸੇ ਮੰਗ ਰਿਹਾ ਹੈਗਾ, ਉਹਨਾਂ ਦਾ ਜਿਹੜੀ ਰੇਹੜੀਆਂ ਵੀ ਚੱਕ ਲਈਆਂ ਹੈਗੀਆਂ, ਕੀ ਸਾਰਾ ਮਾਮਲਾ ਹੈਗਾ? ਇਹ ਅਸਲ ਦੇ ਵਿੱਚ ਜਿਹੜੇ ਆ ਲੋਕ ਇੱਥੇ ਨੂਰਮਹਿਲ ਰੋਡ ਤੇ ਜਿਹੜਾ ਫਾਟਕ ਆ ਉੱਥੇ ਲਗਾਤਾਰ 18-20 ਸਾਲ ਤੋਂ ਰੇਹੜੀਆਂ ਲਾ ਰਹੇ ਸੀ,
ਇੱਥੇ ਦਾ ਇੱਕ ਗੁਰਮੀਤ ਸਿੰਘ ਨਾਂਗਿਆ ਜਿਹੜਾ ਉਹਦੀ ਪਤਨੀ ਅਤੇ ਉਹਦਾ ਲੜਕਾ ਉਹ ਇਹਨਾਂ ਤੋਂ ਜਬਰੀ ਜਿਹੜਾ ਪੈਸੇ ਵਸੂਲ ਕਰਦੇ ਆ ਅਤੇ ਨਾਲ ਇਹਨਾਂ ਦਾ ਫਲ ਫਰੂਟ ਜਿਹੜਾ ਆ ਉਹ ਵੀ ਜਬਰੀ ਲੈ ਕੇ ਜਾਂਦੇ ਆ। ਧੱਕੇ ਸਾਹੀ ਕਰ ਰਿਹਾ ਇਹਨਾਂ ਨੂੰ, ਅੱਜ ਉਹਨੇ ਰੇਹੜੀਆਂ ਲਾਉਣ ਨਹੀਂ ਦਿੱਤੀਆਂ ਵੀ ਪੈਸੇ ਸਾਨੂੰ ਦਿੱਤੇ ਜਾਣ। ਇਹਨੀ ਸਿਆਸੀ ਮਜ਼ਦੂਰ ਸਭਾ ਦਾ ਮੈਂ ਜਰਨੈਲ ਫਲੋਰ ਸਾਡੇ ਤੱਕ ਪਹੁੰਚ ਕੀਤੀ, ਸਾਡੇ ਮਾਸਟਰ ਜੀ ਨਾਲ ਪਹੁੰਚ ਕੀਤੀ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਹੋਣਾ ਤੱਕ ਪਹੁੰਚ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਜਦੋਂ ਇਕੱਠੇ ਹੋਏ ਉਹਨਾਂ ਦਾ ਵਤੀਰਾ ਇੰਨਾ ਮਾੜਾ ਸੀ, ਉਹ ਸਾਡੇ ਗੱਲ ਵੀ ਪਏ। ਜਿਹੜਾ ਉਹਨਾਂ ਦਾ ਲੜਕਾ ਸੀ ਉਹ ਸਾਡੇ ਨਾਲ ਹੱਥੋਂ ਪਾਈ ਹੋਣ ਤੱਕ ਗਿਆ, ਉਹਨੇ ਗੁੰਡੇ ਵੀ ਬੁਲਾਏ ਇੱਥੇ, ਜਦੋਂ ਪੁਲਿਸ ਆਈ ਗੁੰਡੇ ਭੱਜ ਗਏ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜੇ ਪਰਿਵਾਰ ਆ, ਗੁਰਮੀਤ ਦਾ ਪਰਿਵਾਰ ਆ, ਉਹਨੇ ਸਾਡੇ ਨਾਲ ਵੀ ਧੱਕੇਸ਼ਾਹੀ ਕੀਤੀ ਹੈ। ਜਿਹੜੇ ਗਰੀਬ ਲੋਕ ਜਿਹੜੇ ਰੇਹੜੀਆਂ ਲਾਉਣ ਵਾਲੇ ਆ ਉਹਨਾਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੇ ਆ। ਇਹਦੀ ਅੱਜ ਧੱਕੇਸ਼ਾਹੀ ਕਰਦਿਆਂ ਕਰਦਿਆਂ ਸਾਡੀ ਬੀਬਾ ਭੈਣ ਸਾਡੀ ਜਿਹੜੀ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦੀ ਆ ਉਹਨੂੰ ਮੁਸਲੀ ਕਹਿ ਕਹਿ ਕੇ ਜਲੀਲ ਕੀਤਾ। ਜਿਹੜੀ ਇਹਨਾਂ ਦੀ ਔਰਤ ਆ ਗੁਰਮੀਤ ਸਿੰਘ ਦੀ ਘਰਵਾਲੀ ਆ, ਉਹਨੇ ਅਸੀਂ ਉਹਨਾਂ 'ਤੇ ਕਾਨੂੰਨੀ ਜਿਹੜੀ ਕਾਰਵਾਈ ਵੀ ਕਰਾਵਾਂਗੇ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਅਤੇ ਰੇਲਵੇ ਵਿਭਾਗ ਕੋਲੋਂ ਕਿ ਜਿਹੜੇ ਗੁੰਡਾਗਰਦੀ ਕਰਦੇ ਆ, ਜਿਹੜੇ ਸਦਾ ਬਹੁਤ ਦੂਰ ਤੱਕ ਥੈਂ ਰੋਕ ਕੇ ਬੈਠੇ ਆ, ਇਹ ਗਰੀਬ ਲੋਕਾਂ ਨੂੰ ਇੱਕ ਥੋੜ੍ਹਾ ਜਿਹਾ ਥੈਂ ਰੇਹੜੀ ਜੋਗਾ ਵੀ ਨਹੀਂ ਦੇ ਰਿਹਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇ ਨਾ ਕਾਨੂੰਨੀ ਕਾਰਵਾਈ ਕੀਤੀ, ਅਸੀਂ ਜਮਹੂਰੀ ਕਿਸਾਨ ਸਭਾ ਵਾਲੇ ਅਤੇ ਦਿਹਾਤੀ ਮਜ਼ਦੂਰ ਸਭਾ ਵਾਲੇ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਹੱਕ 'ਚ ਖੜਾਂਗੇ ਅਤੇ ਪ੍ਰਸ਼ਾਸਨ ਦੇ ਖਿਲਾਫ਼ ਵੀ ਲੜਾਈ ਲੜਾਂਗੇ। ਮਾਮਲਾ ਏਦਾਂ ਹੈ ਸਰ, ਆਪਾਂ ਇੱਥੇ ਕਈ ਸਾਲ ਤੋਂ ਯਾਨੀ ਕਿ ਘੱਟੋ ਘੱਟ 20 ਸਾਲ ਹੋ ਗਏ ਰੇਹੜੀ ਲਾਉਂਦੇ ਨੂੰ। ਹੁਣ ਆ ਕੇ ਨਾ ਤੰਗ ਕਰਨ ਲੱਗੇ, ਪਿੱਛੇ ਬਾਬਾ ਜੀ ਰਹਿੰਦੇ ਆ ਨਿਹੰਗ, ਉਹ ਕਹਿੰਦੇ ਆ ਸਾਨੂੰ ਰੁਪਈਏ ਯਾਨੀ ਕਿ ਪੈਸੇ ਚਾਹੀਦੇ, ਇੱਥੇ 200 ਰੁਪਏ ਰੋਜ਼ ਦੇ ਚਾਹੀਦੇ ਆ। ਬਸ ਧੱਕੇ ਸਾਈ ਯਾਨੀ ਕਿ ਲੈਣੇ, ਕਹਿੰਦੇ ਮੇਰੀ ਜਗ੍ਹਾ ਆ, ਸਰ ਕਹਿੰਦੇ ਮੇਰੀ ਜਗ੍ਹਾ ਆ, ਮੈਂ ਕੇਸ ਜਿੱਤਿਆ ਇਹਦਾ। ਅੱਛਾ, ਇੱਦਾਂ ਵੀ ਮੈਨੂੰ ਕਿਹਾ ਕੀ ਪਤਾ ਮਹਾਰਾਜ ਉਹਨਾਂ ਨੂੰ ਪਤਾ ਹੋਗਾ, ਕਹਿੰਦੇ ਮੈਂ ਕੇਸ ਜਿੱਤਿਆ ਨਹੀਂ ਤਾਂ ਜਗ੍ਹਾ ਵਿਹਲੀ ਕਰ ਦੋ, ਇੱਥੇ ਨਹੀਂ ਲਾਉਣ ਦੇਣੀ ਆ। ਇੱਥੇ ਆਪਣੇ ਮੈਂ ਦੱਸਿਆ ਜਿਹੜੇ ਜਿੱਥੇ ਜਿੱਥੇ ਜਾਣਕਾਰੀ ਸੀਗੀ ਉਹਨਾਂ ਨੂੰ ਦੱਸਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ, ਫਰੂਟ ਵੀ ਲੈ ਜਾਂਦੇ ਆ ਚੱਕ ਕੇ ਬਿਨਾਂ ਪੁੱਛੇ ਹੀ, ਆਪਣੀ ਮਰਜ਼ੀ ਦਾ ਲਿਫਾਫੇ ਭਰ ਭਰ, ਮਾਤਾ ਅਲੱਗ ਲੈ ਕੇ ਜਾਂਦੀ ਉਹਨਾਂ ਦੀ ਘਰਵਾਲੀ, ਬੇਟਾ ਅਲੱਗ ਅਤੇ ਆਪ ਵੀ ਆ ਜਾਂਦੇ ਆ, ਅਤੇ ਫਿਰ ਸ਼ਾਮ ਨੂੰ ਜ਼ਬਰਦਸਤੀ ਸਾਡੇ ਕੋਲ ਪੈਸੇ ਵੀ ਲੈਂਦੇ ਆ, ਲਿਓ ਵੀ ਪੈਸੇ ਲਿਓ, ਯਾਨੀ ਕਿ ਸਾਨੂੰ ਅੱਜ ਲਾਉਣ ਨਹੀਂ ਦਿੱਤੀ ਸਰ, ਹੁਣ ਲੋਨ ਹਾਂਜੀ ਲਾਉਣੀ ਹੈ ਮਾਲੀ। ਠੀਕ ਨਾਲ ਫਲ ਫਰੂਟ ਮੰਗਦੇ, 200 ਰੁਪਿਆ ਰੋਜ਼ ਦਾ ਦਿੰਦੇ ਅਸੀਂ ਇਹਨਾਂ ਨੂੰ, ਤੇ ਹੁਣ ਕਹਿੰਦੇ ਹੋਰ ਕਿਰਾਹ ਵਧਾਓ ਨਹੀਂ ਤਾਂ ਆਪਣੀ ਰੇਡਾ ਚੱਕੋ। ਖਰਾਬ ਹੋ ਰਹਾ, 2 ਦਿਨ ਹੋ ਗਏ ਇਹਨਾਂ ਨੇ ਸਾਨੂੰ ਰੇੜੀਆਂ ਨੀ ਲਾਣ ਦਿੱਤੀ, ਹੁਣ ਵੀ ਕਹਿੰਦੀ ਵੀ ਤੂੰ ਮੁਸਲਿਮ ਹੈਗੀ ਹੈ ਤੈਨੂੰ ਰੇੜੀ ਨੀ ਲਾਣ ਦੇਣੀ ਹੈਗੀ। ਮੈਨੂੰ ਇਹ ਗੱਲ ਕਹੀ ਉਹਨਾਂ ਨੇ ਦਸਿਓ ਬਾਰ, ਮੁੰਡਾ ਵੀ ਉਹਨਾਂ ਦੇ ਨਾਲ ਵੀ ਧੱਕਾ ਸਾਈ ਕਰਦੇ, ਜਿਹੜੇ ਆਏ ਸਾਡੇ ਨਾਲ ਖੜੇ ਤੇ ਮੇਰੇ ਨਾਲ ਵੀ ਸਾਰਿਆਂ ਦੇ ਨਾਲ ਧੱਕਾ ਸਾਈ ਕਰਦੇ। ਜੈਦਾਰ ਗੁਰਮੀਤ ਸਿੰਘ, ਧਨਾਦਾਲ ਸੈਕਟਰੀ ਪੰਜਾਬ। ਤੁਹਾਡੇ ਤੇ ਕੁਝ ਦੁਕਾਨਦਾਰਾਂ ਨੇ ਇਲਜ਼ਾਮ ਲਗਾਤ ਲਾਏ ਆ ਵੀ ਤੁਸੀਂ ਉਹਨਾਂ ਤੋਂ ਰੇਹੜੀਆਂ ਲਗਾਉਣ ਦੇ 200 ਰੁਪਇਆ ਮੰਗ ਰਹੇ ਹੋ। ਇਹ ਕੋਈ ਵੀ ਨਹੀਂ ਇਹਨਾਂ ਤੋਂ ਪੈਸੇ ਲੈਂਦੇ, ਸਾਰੀ ਮਾਰਕੀਟ ਬੈਠੀ ਆ ਅਣਮਰਸ਼ਾਂਤੀ ਨਾਲ, 3 ਦੁਕਾਨਾਂ ਲਾਈਆਂ ਸੀਗੀਆਂ ਉਹਨਾਂ ਦੀਆਂ ਐਂਟੀ ਪਾਰਟੀ ਦੀਆਂ, ਉਹ ਅਸੀਂ ਲਾਈਆਂ ਸੀਗੀਆਂ ਦੁਕਾਨਾਂ, ਆਪਾਂ ਲਾਈਆਂ ਸੀ
ਤੇ ਪਹਿਲਾਂ ਬਾਹਰ ਲੱਗਦੀਆਂ ਸੀ ਫਿਰ ਅੰਦਰ ਲੱਗਣਾ ਤੇ ਸੇਵਾ ਲਾਈ ਆ 50 ਰੁਪਈਏ ਦੁਕਾਨ ਦੇ ਤੇ ਸੇਵਾ ਲਾਈ ਆ ਹੋਰ ਕਿਸੇ ਤੋਂ ਨਹੀਂ ਹਾਂ ਮਹੀਨੇ ਦੇ ਤੇ ਹੋਰ ਕਿਸੇ ਤੋਂ ਨਹੀਂ ਇਹ ਲੈਂਦੇ ਸੇਵਾ ਕਿਸ ਗੱਲ ਦੀ ਲਈ ਇਹ ਗੁਰੂ ਘਰ ਦੀ ਪ੍ਰਸ਼ਾਦ ਬਣਾ ਦਈਏ ਇਹ ਗੁਰੂ ਘਰ ਦਾ ਸੰਗਰਾਂਦ ਤੇ ਇਹ ਪ੍ਰਸ਼ਾਦ ਸਾਰੀ ਸੰਗਤ ਨੂੰ ਮੰਡਦਾ ਸਾਰੀ ਮਾਰਕੀਟ ਦੇ ਵਿੱਚ ਮੰਡਦਾ ਹਾਂ ਤੇ ਇਹ ਉਹ ਆਪਾਂ ਕਾਮਰੇਟਾਂ ਨੂੰ ਲੈ ਕੇ ਨਾਲ ਤੇ ਉਹਨਾਂ ਨੇ ਮਜ਼ਾਰਾ ਕੀਤਾ ਮੈਂ ਕਿਹਾ ਵੀ ਅਸੀਂ ਦੁਕਾਨਾਂ ਲਵਾਉਣ ਵਾਲੇ ਅਸੀਂ ਦੁਕਾਨਾਂ ਲਵਾਈਆਂ ਨੇ ਉਹਨਾਂ ਨੂੰ ਸਫਾਈ ਅਸੀਂ ਕਰਦੇ ਹਾਂ ਤਾਂ ਵੀ ਅਜੇ ਵੀ ਗੰਦ ਉੱਥੇ ਮੌਕੇ 'ਤੇ ਮੌਜੂਦ ਆ ਉਹਨਾਂ ਨੂੰ ਸਾਰਿਆਂ ਪਾਰਟੀ ਵਾਲਿਆਂ ਨੂੰ ਦਿਖਾਇਆ ਇਹ ਆ ਰੇਲਵੇ ਦੀ ਜਗ੍ਹਾ ਜੀ 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 ਜਗ੍ਹਾ ਮੈਂ ਸੰਨ 88 ਤੋਂ ਬੈਠਾ ਹੈ 88 ਤੋਂ ਨਿਸ਼ਾਨ ਲੱਗਾ ਬਾਬੇ ਜੀਵਨ ਸਿੰਘ ਦਾ ਨਿਸ਼ਾਨ ਲਾਇਆ ਅਤੇ 88 ਤੋਂ ਛਾਉਣੀ ਬਣੀ ਆ ਦਲ ਪੰਥ ਸਾਰਾ ਸਮੁੱਚਾ ਬੁੱਢਾ ਦਲ ਤਰਨਾ ਦਲ ਹਰੀਆਂ ਵੇਲਾ ਵਾਲੇ ਬਾਬੇ ਅਵਤਾਰ ਸਿੰਘ ਬਾਬਾ ਜੀ ਇੱਕ ਹੋਰ ਗੱਲ ਸੀ ਉਹ ਜਿਹੇ ਰੇਲਵੇ ਦੀ ਜਗ੍ਹਾ ਹੈਗੀ ਆ ਤੇ ਤੁਸੀਂ ਧੱਕੇ ਨਾਲ ਵਸੂਲੀ ਤਾਂ ਨਹੀਂ ਕਰ ਸਕਦੇ ਨਹੀਂ ਤੇ ਸੇਵਾ ਲੈਂਦੇ ਹਾਂ ਕੋਈ ਧੱਕੇ ਨਾਲ ਕੋਈ ਨੇ ਧੱਕਾ ਨਹੀਂ ਕੀਤਾ ਅਸੀਂ ਲਵਾਈਆਂ ਰੇਹੜੀਆਂ ਤੇ ਉਹ ਸੇਵਾ ਲੈਂਦੇ ਹੋਰ ਆਮਦੀ ਅਜਿਹਾ ਦਵਾਈਆਂ ਦਵਾਈਆਂ ਵੀ ਤੁਸੀਂ ਨਹੀਂ ਚੁਕਾਈਆਂ ਨਹੀਂ ਪੁਲਿਸ ਵਾਲੇ ਕਹਿੰਦੇ ਵੀ ਸਾਨੂੰ ਪੈਸਾ ਦੇ ਕਿਹੜੇ ਪੁਲਿਸ ਵਾਲੇ ਉਹ ਚੌਂਕੀ ਚਾਰਜ ਰੇਲਵੇ ਦੇ ਉਹਨਾਂ ਨੇ ਆ ਦੁਆਲਾ ਪਵਾਇਆ ਚੌਂਕੀ ਚਾਰਜ ਦੇ ਅਸੀਂ ਪਤਾ ਨੀ ਮੇਰਾ ਨਾਂ ਦਾ ਉਹਦਾ ਜੀ ਨਾਂ ਨੇ ਕਹਿੰਦੇ ਵੀ ਪੈਸੇ ਨੀ ਦੇਣਾ ਰੇਹੜੀ ਦੀ ਜਗ੍ਹਾ ਇਹ ਗੱਲ ਜੇ ਹੁਣ ਰੇਹੜੀਆਂ ਲਾਉਂਦੇ ਆ ਉੱਥੇ ਮਜ਼ਦੂਰ ਬੰਦੇ ਤਾਂ ਉਹਨਾਂ ਨੂੰ ਮਾਰ ਕੀ ਤੇ ਰਾਜਵੇ ਜਿਹੜੇ ਤਿੰਨਾਂ ਦੁਕਾਨਾਂ ਅਸੀਂ ਦਿੱਤੀਆਂ ਸੀ ਉੱਥੇ ਅਸੀਂ ਆਪ ਮੁੰਡੇ ਬੱਚੇ ਦੁਕਾਨਾਂ ਨਾਲ ਲਾ ਸਕਦੇ ਬਸ ਸਰ ਇੱਕ ਰੇਲਵੇ ਫਾਟਕ ਦੇ ਕੋਲ ਇੱਕ ਨਿਹੰਗ ਸਿੰਘ ਨੇ ਰੇਲਵੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੈਗਾ ਔਰ ਰੇਲਵੇ ਦਾ ਸਮਾਨ ਚੋਰੀ ਕਰਕੇ ਉੱਥੇ ਕੰਟਰੈਕਸ਼ਨ ਕਰ ਰਿਹਾ ਹੈਗਾ ਪੀਲਰ ਕੱਢੇ ਹੋਏ ਕਾਫੀ ਤੇ ਉਲਟਾ ਰੇਹੜੀ ਵਾਲਿਆਂ ਨੂੰ ਪਰੇਸ਼ਾਨ ਕਰਦਾ ਸੀਗਾ ਸਾਡੇ ਕੋਲ ਨਾ ਰੇਲਵੇ ਡਿਟਿੰਗ ਕੰਪਲੇਂਟ ਆ ਗਈ ਆ ਪਹਿਲਾਂ ਉਹਨਾਂ ਨੇ ਦੱਸਿਆ ਸੀ ਆ ਕੇ ਪਹਿਲਾਂ ਕੰਪਲੇਂਟ ਦਿੱਤੀ ਸੀ ਰਿਟਰਨਰ ਨੇ ਜੀ ਸਾਡੇ ਕੋਲ ਰੇਟਿੰਗ ਕੰਪਲੇਂਟ ਆ ਗਈ ਆ ਜੀ ਤੇ ਜੋ ਹੁਣ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਆ ਇੱਕ ਸਰ ਉਹਨੇ ਕਿਹਾ ਵੀ ਰੇਲਵੇ ਪੁਲਿਸ ਚੌਕੀ ਦੇ ਜਿਹੜੇ ਅਧਿਕਾਰੀ ਆ ਵੀ ਸਾਡੇ ਤੋਂ ਪੈਸੇ ਮੰਗਦੇ ਹੈਗੇ ਆ ਤੇ ਮੈਂ ਰੇਹੜੀਆਂ ਦਾ ਅਗਵਾਈ ਕਰਕੇ ਦਿੰਦਾ ਸਰ ਉਹ 'ਚ ਕਿੰਨੀ ਸੱਚਾਈ ਹੈਗੀ ਆ ਦੇਖੋ ਮੈਨੂੰ ਅਜੇ ਥੋੜ੍ਹੇ ਦਿਨ ਆਏ ਹੋਏ ਨੂੰ ਮਤਲਬ ਮੈਨੂੰ ਤਾਂ ਅਜੇ ਉਹਦਾ ਬਾਰੇ ਪਤਾ ਵੀ ਹੈ ਨਹੀਂ ਗਾ ਬਾਬੇ ਬਾਰੇ ਬਹੁਤਾ ਇੰਨਾ ਜੀ ਠੀਕ ਆ ਜੀ ਮੈਨੂੰ ਤਾਂ ਇਹ ਬਾਬੇ ਦਾ ਬਹੁਤਾ ਵੀ ਹੈ ਨਹੀਂ ਵੀ ਕੌਣ ਆ ਕਿੱਥੇ ਆ ਵੀ ਹੁਣ ਮੈਨੂੰ ਮੈਂ ਜਾ ਕੇ ਦੇਖ ਕੇ ਆਇਆ ਸੀਗਾ ਤੇ ਹੁਣ ਜਿਹੜੀ ਕੰਪਲੇਂਟ ਆ ਰਿਟਰਨ 'ਚ ਆ ਗਈ ਸਾਡੇ ਕੋਲ ਤੇ ਪੈਸਿਆਂ ਦਾ ਮੈਂ ਤਾਂ ਪਤਾ ਨਹੀਂ ਹੈਗਾ ਮੈਨੂੰ ਇਹਦੇ ਬਾਰੇ ਅਜੇ ਕੁਛ ਨਾ ਮੈਨੂੰ ਅਜੇ ਮੈਂ ਇੱਥੇ ਥੋੜ੍ਹੇ ਦਿਨ ਹੋਇਆ ਇਹਨੂੰ ਮੈਨੂੰ ਪਤਾ ਵੀ ਹੈ ਨਹੀਂ ਇਹਦੇ ਬਾਰੇ ਕੁਛ ਇਹਦੇ ਬਾਰੇ ਵੀ ਮੈਂ ਬਾਬੇ ਨੂੰ ਜਾਣਦਾ ਵੀ ਹੈ ਨਹੀਂ ਗਾ ਬਈ ਐਵੇਂ ਇੱਕਦਮ ਕਹੀ ਜਾਵੇ ਬੇਬਨਿਆਦ ਆ ਜੋ ਮਰਜ਼ੀ ਕੋਈ ਕਹੀ ਜਾਵੇ ਆਪਣੇ ਆਪ ਉਹ ਕਹਿੰਦਾ ਮੈਂ ਪੈਸੇ ਲੈ ਰਿਹਾ ਵਾਂ ਇਹਨਾਂ ਕੋਲ ਰੇਹੜੀ ਵਾਲਿਆਂ ਕੋਲ ਠੀਕ ਆ ਜੀ ਸਾਡੇ ਨਾਮ ਦੇ ਜਿਹੜਾ ਮਰਜ਼ੀ ਕੋਲ ਪੈਸੇ ਲਈ ਜਾਵੇ ਸਾਡਾ ਨਾਮ ਲੈ ਕੇ ਕਹਿੰਦੇ ਵੀ ਮੈਂ ਉਹ ਮੈਨੂੰ ਕਹਿ ਰਹੇ ਪੈਸੇ ਮਤਲਬ ਲੈ ਕੇ ਦਿਓ ਜੀ ਇੱਦਾਂ ਕੋਈ ਜਿਹੜਾ ਮਰਜ਼ੀ ਕਹੀ ਜਾਵੇ ਸਰ ਸਾਡੇ ਕੋਲ ਨਾ ਰਿਟਰਨ ਕੰਪਲੇਂਟ ਆ ਗਈ ਆ ਰੇਹੜੀ ਵਾਲਿਆਂ ਦੀ ਤੇ ਉਹ ਅਸੀਂ ਫਿਰ ਜੋ ਬਣਦੀ ਕਾਰਵਾਈ ਅਫਸਰਾਂ ਦੇ ਚਲੋ ਨੋਲੇਜ 'ਚ ਲਿਆ ਕੇ ਸੀਨੀਅਰ ਅਫਸਰ ਦੇ ਉਹ ਬਾਅਦ ਬਣਦੀ ਕਾਰਵਾਈ ਕਰਵਾਏ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APNews ਪੰਜਾਬੀ ਚੈਨਲ ਨੂੰ
ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।